ਸਾਡੀ ਵਾਸਤੇ ਤੇਰੇ ਬਾਬੇ ਅੱਗੇ ਕੋਈ ਦੋ ਦੋ ਤਿੰਨ ਤਿੰਨ ਚੀਜ਼ਾਂ ਨਾਲ ਰੋਜ਼ਾ ਇਫਤਾਰ ਕੀਤਾ ਹੈ ਕੀ ਅਜ਼ਮਤ ਹੈ ਔਰ ਕੀ ਮਕਾਮ ਹੈ ਇਸ ਇਮਾਮ ਕਾਇਨਾਤ ਦਾ ਤੋ ਇਹਨਾਂ ਵਿੱਚੋਂ ਇੱਕ ਚੀਜ਼ ਮੇਰੀ ਧੀ ਚਾਲ ਹੈ ਤੇ ਮੇਰੀ ਸਹਿਣ ਅਜ਼ਾਦਾਰਾਂ ਨਮਕ ਚਾਵਣ ਲੱਗੀ ਜਾਂ ਖਜੂਰ ਮੇਰੇ ਇਮਾਮ ਆਖਣ ਨਹੀਂ ਇਹ ਦੁੱਧ ਚਾਲ ਪਰ ਇੱਥੇ ਇੱਕ ਰੋਵਣ ਦਾ ਜੁਮਲਾ ਅਗਰ ਜ਼ਿਹਨੀ ਚ ਆ ਗਿਆ ਤਾਂ ਜਿਲੇ ਬੀਬੀ ਦੁੱਧ ਚਾਹ ਕੇ ਤੇ ਤੁਰਨ ਲੱਗੀ ਹੈ ਨਾ ਮੇਰੇ ਇਮਾਮ ਆਖੇ ਕੁਲ ਸੋਮ ਬੱਚਾ ਇਹ ਦੁੱਧ ਜ਼ਾਇ ਨਹੀਂ ਕਰਨਾ ਇਸ ਨੂੰ ਮਹਿਫੂਜ਼ ਰੱਖਣਾ ਇਹ ਸੁਬਾ ਤੁਹਾਡੇ ਕੰਮ ਆਵੇ ਜਨਾਬ ਜ਼ੈਨਬ ਔਰ ਜਨਾਬ ਕੁਲਸੂਮ ਫਰਮਾਨੀਆਂ ਕਿ ਇਹ 19 ਦੀ ਰਾਤ ਸਾਰੀ ਰਾਤ ਸਾਡਾ ਇਮਾਮ ਬਾਬਾ ਸੁੱਤਾ ਨਹੀਂ ਕਈ ਵੇਲੇ ਮੁਸੱਲਾ ਇਬਾਦਤ ਕਈ ਵੇਲੇ ਬਾਹਰ ਕਈ ਵੇਲੇ ਅੰਦਰ ਕਈ ਵੇਲੇ ਬਾਹਰ ਔਰ ਬਾਹਰ ਆ ਕੇ ਨਾ ਆਪਣੀ ਰੀਸ਼ੇ ਮੁਬਾਰਕ ਦੇ ਤਲੇ ਇਨ ਮੇਰਾ ਇਮਾਮ ਹੱਥ ਰੱਖੇ ਤੇ ਆਸਮਾਨ ਤੋਂ ਮੂੰਹ ਕਰਕੇ ਮੇਰਾ ਇਮਾਮ ਅਦੇ ਅੱਲਾਹ ਮੇਰੀਆਂ ਮੁਸਾਫਿਰ ਧੀਆਂ ਦੀ ਪਾਰਤ ਹੋ ਸ਼ਰਮ ਨਾ ਕਰਿਆ ਅੱਲਾਹ ਮੇਰੀਆਂ ਮੁਸਾਫਿਰ ਧੀਆਂ ਤੈਨੂੰ ਪਾਰਤ ਫਿਰ ਅੰਦਰ ਆਉਂਦੇ ਆਹੋ ਬੁਕਾ ਫਿਰ ਬਾਹਰ ਜਾਂਦੇ ਆਹੋ ਬੁਕਾ ਇੱਕ ਦਫ਼ਾ ਮੇਰੀ ਸੈਣ ਜ਼ੈਨਬ ਆਪਣੇ ਬਿਸਤਰ ਤੋਂ ਉੱਠ ਕੇ ਬਾਬੇ ਦੇ ਦਾਮਨਗੀਰ ਹੋਈ ਬਾਬਾ ਜਾਨ ਆਰਾਮ ਕਰੋ ਨਾ ਸਕੂਨ ਕਰੋ ਕਈ ਵੇਲੇ ਬਾਹਰ ਆ ਕੇ ਰੋਂਦੇ ਹੋ ਕਈ ਵੇਲੇ ਅੰਦਰ ਬੈਠ ਕੇ ਰੋਂਦੇ ਹੋ ਬਾਬਾ ਅੱਜ ਤੁਹਾਡੀ ਤਬੀਅਤ ਬਹੁਤ ਹੀ ਮੁਸਤਰੀਬ ਹੈ ਮੇਰੀ ਸੈਣ ਰੋਨੀ ਮੇਰਾ ਇਮਾਮ ਫਰਮਾਉਂਦੇ ਜਾਓ ਬਿਸਤਰ 'ਤੇ ਆਰਾਮ ਕਰੋ ਤੁਹਾਡਾ ਬਾਬਾ ਅੱਜ ਰਾਤ ਦਾ ਮਹਿਮਾਨ ਇਹਨਾਂ ਦੀਆਂ ਨੂੰ ਇਹ ਪਤਾ ਚੱਲ ਜਾਵੇ ਸਾਡਾ ਬਾਬਾ ਅੱਜ ਰਾਤ ਦਾ ਮਹਿਮਾਨ ਹੈ ਭਲਾ ਉਹਨੂੰ ਨੀਂਦਰ ਆ ਸਕਦੀ ਉਹ ਸੌਂ ਸਕਦੀ ਨਹੀਂ ਸੁਭਾਨ ਅੱਲਾਹ ਬਸ ਸਹਿਰੀ ਦਾ ਵਕਤ ਹੋਇਆ ਮੁਖਤਸਰ ਜਿਹੀ ਸਹਿਰੀ ਮੇਰੇ ਮੁਰਸ਼ਿਦ ਨੇ ਤਨਾਵਲ ਫਰਮਾਈ ਆਪਣੇ ਧੀਆਂ ਅਤੇ ਪੁੱਤਰਾਂ ਦੇ ਨਾਲ ਔਰ ਸਰਕਾਰ ਕਾਇਨਾਤ ਸਹਿਰੀ ਤਨਾਵਲ ਫਰਮਾ ਕੇ ਫਿਰ ਧੀਆਂ ਅਤੇ ਪੁੱਤਰਾਂ ਦਾ ਸਲਾਮ ਕਰਕੇ ਮੇਰੇ ਮੌਲਾ ਨਿਕਲਣ ਲੱਗੇ ਅਤੇ ਮੇਰੀ ਸੈਣ ਜ਼ੈਨਬ ਦਾ ਜੁਮਲਾ ਹੈ ਬੀਬੀ ਅਰਜ਼ ਕਰਦੀ ਹੈ ਬਾਬਾ ਜਾਨ ਤੁਹਾਡੀ ਤਬੀਅਤ ਅੱਜ ਬੜੀ ਨਾਸਾਜ਼ ਹੈ ਮੁਸਤਰਿਬ ਹੈ ਬਾਬਾ ਜਾਨ ਅੱਜ ਨਮਾਜ਼ ਏ ਬਾ ਜਮਾਤ ਵਾਸਤੇ ਮੈਂ ਆਪਣੇ ਹਸਨ ਭਰਾ ਨੂੰ ਭੇਜ ਦਿੰਦੀ ਹਾਂ ਉਹ ਜਾ ਕੇ ਨਮਾਜ਼ ਪੜ੍ਹੇ ਸੀ ਮੇਰਾ ਇਮਾਮ ਅਦੇ ਨਹੀਂ ਮੈਂ ਨਮਾਜ਼ ਪੜ੍ਹਿਆ ਸਾਂ ਹਾਂ ਫੀ ਅਮਾਨਿਲਾ ਆ ਕੇ ਮੇਰਾ ਇਮਾਮ ਤੁਰਿਆ ਹੈ ਅਲਾਮਾ ਮੁਹੱਦਿਸ ਕੁੰਮੀ ਨੇ ਲਿਖਿਆ ਕਿ ਮੇਰੇ ਇਮਾਮ ਦੇ ਘਰ ਵਿੱਚ ਪਾਲਤੂ ਬਦਖਾਂ ਹੈਵਾਨ ਦੌੜੇ ਉਹਨਾਂ ਨਿਸਵੇ ਸ਼ਬ ਅੱਧੀ ਰਾਤ ਲਈ ਚੀਖੋ ਪੁਕਾਰ ਸ਼ੁਰੂ ਕਰ ਦਿੱਤੀ ਇਮਾਮ ਦੀ ਅਬਾ ਦਾ ਦਾਮਨ ਉਹਨਾਂ ਆਪਣੇ ਮੂੰਹ ਵਿੱਚ ਪਕੜ ਲਿਆ ਹੋਇਆ ਕਿ ਆਪਣੀ ਜ਼ਬਾਨ ਵਿੱਚ ਆ ਦਿਨ ਆਕਾ ਸਾਨੂੰ ਯਤੀਮ ਨਾ ਕਰ ਸਾਨੂੰ ਬੇਵਾਰਿਸ ਨਾ ਕਰ ਇਹ ਆਖਾ ਨਾ ਮੇਰਾ ਇਮਾਮ ਜ਼ਮੀਨ ਤੇ ਬੈਠ ਗਿਆ ਔਰ ਪਿਆਰ ਦਾ ਹੱਥ ਉਹਨਾਂ ਦੀ ਸਰ ਤੋਂ ਫੇਰ ਕੇ ਮੇਰਾ ਇਮਾਮ ਧੀਆਂ ਤੇ ਪੁੱਤਰਾਂ ਦੀ ਤਰਫ਼ ਦੇਖ ਕੇ ਦੇ ਸੁਣੋ ਅਗਰ ਟਾਈਮ ਤੇ ਇਹਨਾਂ ਨੂੰ ਦਾਣਾ ਪਾਣੀ ਦੇ ਸਕੋ ਤਾਂ ਦੇਵਣਾ ਅਗਰ ਟਾਈਮ ਤੇ ਨਾ ਦੇ ਸਕੋ ਫਿਰ ਇਹਨੂੰ ਆਜ਼ਾਦ ਕਰ ਦੇਵਾਂ ਫਿਰ ਮੇਰਾ ਇਮਾਮ ਬਾਹਰ ਨਿਕਲਣ ਲੱਗਾ ਤੇ ਦਰਵਾਜ਼ੇ ਦੀ ਲੋਹੇ ਦੀ ਕੁੰਡੀ ਮੇਰੇ ਇਮਾਮ ਦੀ ਇਹ ਰਿਵਾਇਤ ਹੈ ਆਸਤੀਨ ਵਿੱਚ ਅੜੀਏ ਮੇਰਾ ਇਮਾਮ ਰੁਕ ਗਿਆ ਬੀਬੀ ਜ਼ੈਨਬ ਦੌੜ ਕੇ ਆਈ ਮੇਰੀ ਸ਼ਹਿਜ਼ਾਦੀ ਦੀ ਬਾਬਾ ਇਹ ਫਾਲ ਅੱਛੀ ਨਹੀਂ ਤੁਸੀਂ ਨਾ ਜਾਓ ਮੇਰਾ ਇਮਾਮ ਧੀ ਦਾ ਸਰ ਚੁੰਮ ਕੇ ਫਰਮਾਉਂਦੇ ਨਾ ਮੇਰੀ ਧੀ ਅਸਾਂ ਅਹਿਲੇ ਬੈਤ ਅਸਾਂ 12-14 ਇਹਨਾਂ ਦੁਨੀਆਂ ਦੀਆਂ ਫਾਲਾਂ ਦੇ ਮੁਹਤਾਜ ਨਹੀਂ ਜਾਓ ਤੁਸੀਂ ਆਰਾਮ ਕਰੋ ਇਹ ਕਈ ਲੋਕ ਨਾ ਜਾਣਨ ਦੀ ਵਜ੍ਹਾ ਤੋਂ ਪੜ ਜਾਂਦੇ ਨੇ ਹਾਂ ਕਿ ਹਸਨ ਤੇ ਹੁਸੈਨ ਮੌਲਾ ਦੇ ਨਾਲ ਹੀ ਨਹੀਂ ਗਏ ਤੇ ਸੁੱਤੇ ਰਹਿਣ ਨਹੀਂ ਅਲੀ ਦੇ ਸਾਰੇ ਪੁੱਤਰ ਅਲੀ ਦੇ ਨਾਲ ਤੁਰੇ ਮਗਰ ਮਸਜਿਦ ਦੇ ਦਰਵਾਜ਼ੇ ਤੇ ਮੇਰੇ ਇਮਾਮ ਨੇ ਸਾਰੇ ਪੁੱਤਰਾਂ ਨੂੰ ਵਾਪਸ ਕੀਤਾ ਔਰ ਇਮਾਮਤ ਦਾ ਆਰਡਰ ਦੇ ਕੇ ਆਮੁਰੁਕੁਮ ਬਿਅਮਰਿਲ ਇਮਾਮਾ ਮੈਂ ਤੁਹਾਨੂੰ ਐਜ਼ ਏ ਬਾਪ ਨਹੀਂ ਮੈਂ ਤੁਹਾਨੂੰ ਐਜ਼ ਏ ਇਮਾਮ ਹੁਕਮ ਦੇ ਰਿਹਾ ਕਿ ਵਾਪਸ ਚਲੇ ਜਾਓ ਹਜ਼ਰਤ ਅੱਬਾਸ ਹਜ਼ਰਤ ਹਸਨ ਹੁਸੈਨ ਹਤਮਨ ਕਦਨ ਬਾਬਾ
हजरत हनफिया किवें चले जावीए, मेरा इमाम आदे वापस ते बाबा किहड़े वेले आऊं, ये हुण समझण वाली गल है, ते बाबा किहड़े वेले आऊं, मेरा इमाम फरमाते जिस टाइम आवना हो सी तुहानूं पता चल जाए, जिस टाइम आना हो सी ना तुहानूं पता चल जाए। रोंदे होए क्योंकि हुण इमाम ने हुक्म दिता वापस आ गए। आजादारान इमाम मस्जिद च आया, सुते हुए लोगों नू मेरे इमाम ने जगाया, खसूसन इस हरामी नू दुश्मन खुदा और रसूल अब्दुल रहमान इब्ने मुलजम, ए मस्जिद दे एक सुतून नाल उल्टा सुता होया है, मेरे इमाम ने पैर दी ठोकर मार के सुना के जाग, इस तरह सोना है शैतान दा सोना है, जमीन दो मुंह और आसमान दो पुष्ट करके सोना ये मोमिन दो सोना नहीं, इस तरह शैतान सुनद जाग, ये जाग गया डर के। मेरा इमाम फरमाते जिथों चले हैं जिथे मशवरा कीते जिथे आके कूफे विच रहे हैं जिथों तलवार बनाई हुई जिथे उसनु जहर विच बुझाया ही, मैं अलिया मैं सब कुछ जानदा मगर मैं उसके अमर का पाबंद हाँ, जी में उसका आर्डर होवे मैं उसे आर्डर दे उते अमल करना है। उठ ये जाग गया, आजादारा मैं कुर्बान हो जावा अपने मुर्शिद अली दे उतों, कायनात दे बादशाह ने गुलदस्ता आजान दे उते खड़ो के जाहिरी जिंदगी दी आखिरी आजान आखी। और मुहद्दिस कुमी ने मुंतल आमाल इच ए जुमले भी लिखे हैं कि कायनात दे बादशाह ने 19 माह रमजान दी सुबह दी आजान दिती है गुलदस्ता आजान ते, कूफे दा कोई घर ऐसा नहीं कि जनो मर्द जवान नादान ने अली दा आवाज न सुना होवे, हर दे कन्ना तक अली दी आवाज गई है। हत्ता कि मैं इतने तक जुमले पढ़न कुतुब विच कि जेड़े बच्चे मावां दा दुध पींदे हन उही जाग गए और उन्हें दुध पीना छोड़ दिता है और अली दे आवाज दे उते अपने कान लाए हुए ने। और मेरी सैन जैनब ते सैन कुलसूम बाबे दी आवाज सुन के ना धियां हन ना ते धियां दा प्यार प्यूआ नाल ज्यादा आंदा है हां, मेरी सैनी दोवें बहना हसन ते हुसैन को ला के आदिन जरा आओ ना गौर नाल बाबे दी आवाज आजान वाली सुनो, सानू इवें महसूस हो रहा जिवें साडे बाबे दी आखरी आजान हो। मैं मसैब दे करीब पहुंच गया, अल्लाह पूरी जिंदगी करे और इस गम दे बगैर किसे गम दे विच ना रोवो हां। मेरे इमाम ने आजान तमाम की थी, आजान तमाम करके कायनात दा बादशाह नवाफिल दे विच मशगूल होया। आजादाराओ मैं सदक हो जावां जिले मेरा इमाम दूसरी रकत दे या पहली थे इख्तलाफ है पहले या दूसरे सजदे विच मेरा इमाम गया है, इस जालिम ने दोनों हत्था नाल वो जहर विच बुझी हुई तलवार अली दे सर विच मारी। बा खुदा चारों नहीं मलाइका दा सरदार मकामे सिदरा छोड़ के जिब्राइल नूरी ताज लहाया होया अपने दोवें पर सारे च मरेंदा वद ना दा बैन समाए वाला अर्ज जमीन आसमान दे दरमियान जिब्राइल ने उच्चा ऐलान किया लोगों कद कोतल अमीरुल मोमिनीन। शर्म न करना, तहद्दमत वल्लाह अरकानुल हुदा आवाज़ दे लोगों मोमना
ਦਾ ਅਮੀਰ ਮਾਰਿਆ ਗਿਆ ਅਰਕਾਨ ਹਿਦਾਇਤ ਮੁਨਹਦਿਮ ਹੋ ਗਏ ਜਿਹੜੇ ਜੀਆਂ ਵਾਲੇ ਬੈਠੇ ਹੋ ਇਸ ਵੈਣ ਤੇ ਜ਼ਰੂਰ ਆਸੂਆਂ ਸੀ ਮੈਂ ਦੁਆ ਕਰਿਆ ਹੈ ਮੈਂ ਕੁਰਬਾਨ ਹੋ ਜਾਵਾਂ ਬੀਬੀ ਜ਼ੈਨਬ ਦੌੜੀਏ ਹਸਨ ਦਾ ਮੁੰਡਾ ਹਲਾਇਆ ਹੁਸੈਨ ਦਾ ਮੁੰਡਾ ਹਲਾਇਆ ਹਨਫੀਆ ਨੂੰ ਉਠਾਇਆ ਅਬਾਸ ਨੂੰ ਉਠਾਇਆ ਆਵਾਜ਼ਾਂ ਦੇ ਜਾਗੋ ਜ਼ਰਾ ਬੈਰਾ ਕੇ ਸੁਣੋ ਕੋਈ ਐਲਾਨ ਕਰ ਰਿਹਾ ਹੈ ਜ਼ੈਨਬ ਦਾ ਬਾਬਾ ਮਾਰਿਆ ਗਿਆ ਕੋਈ ਐਲਾਨ ਕਰ ਰਿਹਾ ਬਿਸਮਿਲ੍ਲਾ ਆਵਾਜ਼ਾਂ ਦੇ ਜਾਗੋ ਮੈਂ ਯਤੀਮ ਹੋ ਗਈ ਸੁਭਾਨ ਅੱਲਾ ਬਿਸਮਿਲ੍ਲਾ ਤਰਾ ਜਾਂ ਚਾਰ ਮਿੰਟ ਹੋਰ ਮੇਰੇ ਪਾਸੇ ਦੇਖਣਾ ਬਹੁਤ ਅਜ਼ੀਮ ਇਬਾਦਤ ਹਰ ਅੱਖ ਪੁਰਨਮ ਹੈ ਇਹ ਮੇਰਾ ਕਮਾਲ ਨਹੀਂ ਹੈ ਜ਼ਿਕਰ ਦਾ ਕਮਾਲ ਹੈ ਹਾਂ ਹਾਂ ਹਰ ਬੰਦੇ ਨੂੰ ਉਤਨਾ ਦੁੱਖ ਹੁੰਦਾ ਜਿਤਨਾ ਪਿਆਰ ਤੇ ਮੁਹੱਬਤ ਹੁੰਦੀ ਮੈਨੂੰ ਰੱਬ ਅਕਬਰ ਦੀ ਕਸਮ ਇਹਨੂੰ ਬਾਬਾ ਬਾਬਾ ਕਰਕੇ ਪੁੱਤਰ ਦੌੜਨ ਹਾਂ ਮੇਰੇ ਇਮਾਮ ਦੇ ਮੂੰਹ ਵਿੱਚ ਉਹ ਜੁਮਲਾ ਨਿਕਲਿਆ ਪੇਸ਼ਾਨੀ ਉਵੇਂ ਸਜਦੇ ਚ ਫੁਜ ਤੋ ਬੇ ਰੱਬਿਲ ਕਾਬਾ ਮੇਰਾ ਇਮਾਮ ਆ ਜਾਏ ਮੈਨੂੰ ਰੱਬੇ ਕਾਬਾ ਦੀ ਕਸਮ ਮੈਂ ਅਲੀ ਕਾਮਯਾਬ ਹੋ ਗਿਆ ਸੁਭਾਨ ਅੱਲਾ ਸੁਭਾਨ ਅੱਲਾ ਸੁਭਾਨ ਅੱਲਾ ਸੁਣਿਆ ਮੌਲਾ ਦੀ ਕਸਮ ਪੁੱਤਰਾਂ ਨੇ ਆ ਕੇ ਸਜਦੇ ਚੁਚਾਏ ਜੰਗ ਖੰਦਕ ਚ ਆਮਰ ਇਬਨੇ ਅਬਦ ਵੁਦ ਨੇ ਜਿਹੜੀ ਮੌਲਾ ਨੂੰ ਜ਼ਰਬ ਮਾਰੀ ਆਈ ਨਾ ਮੇਰੇ ਮੌਲਾ ਦੇ ਸਰ ਵਿੱਚ ਮਾਮੂਲੀ ਜਿਹਾ ਜ਼ਖਮ ਆਇਆ ਇਸ ਕਮੀਨੇ ਦੀ ਤਲਵਾਰ ਵੀ ਉੱਥੇ ਹੀ ਲੱਗੀ ਮੈਂ ਕਿਵੇਂ ਲੁਕਾਂ ਤੇ ਮੈਂ ਕਿਵੇਂ ਪੜਾਂ ਕਾਇਨਾਤ ਦੇ ਸ਼ੇਰ ਅਲੀ ਦਾ ਸਰ ਦੋ ਹਿੱਸਾਂ ਵਿੱਚ ਤਕਸੀਮ ਹੋ ਗਈ ਦੇਖੀ ਮੈਡੋ ਅਲੀ ਦੀ ਦਾੜੀ ਵਿੱਚ ਖੂਨ ਅਲੀ ਦੇ ਲਿਬਾਸ ਤੇ ਖੂਨ ਇਮਾਮ ਹਸਨ ਮਿਹਰਾਬ ਦੀ ਮਿੱਟੀ ਚਾ ਕੇ ਲਫ਼ਜ਼ ਬਲਦ ਰਿਵਾਇਤ ਬਾਬੇ ਦੇ ਜ਼ਖਮ ਤੇ ਲਾਈ ਅਮਾਮੇ ਦੇ ਨਾਲ ਬਾਬੇ ਦਾ ਸਰ ਬਧਿਆ ਦੀਵਾਰ ਦੀ ਟੇਕ ਲੱਗ ਕੇ ਮੇਰੇ ਇਮਾਮ ਨੇ ਇਮਾਮ ਬਾਬੇ ਨੂੰ ਬਿਠਾਇਆ ਹੁਣ ਸੁਣ ਸੋ ਜੁਮਲਾ ਮੇਰਾ ਇਮਾਮ ਹੱਕਲ ਮਾਰ ਕੇ ਆਦੇ ਹਸਨ ਜੀ ਬਾਬਾ ਆਵਾਜ਼ਾਂ ਦੇ ਪਹਿਲੇ ਆਪਣੇ ਮੰਨਣ ਵਾਲਿਆਂ ਨੂੰ ਨਮਾਜ਼ ਪੜ੍ਹਾ ਸੁਭਾਨ ਜ਼ਰੂਰ ਨਮਾਜ਼ ਪੜ੍ਹੀ ਕਰੋ ਅਲੀ ਵਾਲੇ ਜ਼ਰੂਰ ਨਮਾਜ਼ ਪੜ੍ਹੀ ਕਰੋ ਸੁਭਾਨ ਅੱਲਾ ਆਵਾਜ਼ਾਂ ਦੇ ਬਚਣਾ ਪਹਿਲੇ ਨਮਾਜ਼ ਪੜ੍ਹਾ ਮੇਰੇ ਇਮਾਮ ਨਮਾਜ਼ ਪੜ੍ਹਾਈ ਮਤ ਮੇਰਾ ਆਕਾ ਇਹ ਅਲੀ ਬਾਬੇ ਦਾ ਸਰ ਆਪਣੇ ਸੀਨੇ ਨਾਲ ਲਾ ਕੇ ਦੀਵਾਰ ਦੇ ਟੇਕ ਗਿਣ ਕੇ ਬੈਠਾ ਲੋਕਾਂ ਵਿੱਚ ਮਾਤਮ ਤੇ ਗਿਰੀਆ ਹੋ ਰਿਹਾ ਯਾ ਅਲੀ ਹਾਏ ਅਲੀ ਦੇ ਵੈਣ ਬੁਲੰਦ ਹੋ ਰਹੇ ਉਹ ਮੈਂ ਸਦਾ ਕੋ ਜਾਵਾਂ ਲੁਕਾਵਾਂ ਤਾਂ ਮੌਲਾ ਨਾਰਾਜ਼ ਹੋ ਜਾ ਸੀ ਬੜੇ ਨੇਕ ਤੇ ਪਾਕ ਅਯਾਮ ਮੈਨੂੰ ਮੌਲਾ ਦੀ ਕਸਮ ਅਲੀ ਦੀਆਂ ਧੀਆਂ ਸਰਾਂ ਤੇ ਚਾਦਰਾਂ ਕਰਕੇ ਮਸਜਿਦ ਦੇ ਦਰਵਾਜ਼ੇ ਤੱਕ ਆ ਗਈਆਂ ਆਵਾਜ਼ਾਂ ਦੇ ਜਲਦੀ ਕਰੋ ਉਹ ਸਾਨੂੰ ਬਾਬਾ ਦੇਖਣ ਦਿਓ ਉਹ ਦੁਆ ਮੰਗੋ ਸ਼ਾਲਾ ਸਫ਼ਰ ਚ ਕੋਈ ਧੀ ਯਤੀਮ ਨਾ ਹੋ ਘਰ ਘਰ ਆਉਂਦਾ ਹੈ ਬੜੇ ਹੌਸਲੇ ਨਾਲ ਸੁਭਾਨ ਅੱਲਾਹ ਘਰ ਘਰ ਆਉਂਦਾ ਔਰ ਸਫ਼ਰ ਸਫ਼ਰ ਆਉਂਦਾ ਔਰ ਇਹ ਦੁਆ ਮੰਗੀ ਕਰੋ ਕਿ ਕੋਈ ਧੀ ਸ਼ਾਲਾ ਸਫ਼ਰ ਚ ਯਤੀਮ ਨਾ ਹੋਵੇ ਔਰ ਮੈਂ ਸਦਾ ਕੋ ਜਾਵਾਂ ਮੇਰੀਆਂ ਸੈਣ ਨੂੰ ਬਿਰਾ ਵਾਪਸ ਗਿਣ ਗਿਆ ਇਸ ਜ਼ਾਲਿਮ ਪਕੜੀ ਕੇ ਲੰਬੀ ਰਿਵਾਇਤ ਹੈ ਖਤਮ ਇਸ ਜ਼ਾਲਿਮ ਪਕੜੀ ਕੇ ਇਸ ਦੇ ਹੱਥ ਕੰਡ ਪਿੱਛੂ ਬੱਧੇ ਹੋਏ ਲੋਕ ਇਸ ਨੂੰ ਤਮਾਚੇ ਮਾਰ ਰਹੇ ਇਸ ਦੇ ਮੂੰਹ ਤੇ ਥੁੱਕ ਰਹੇ ਅਲੀ ਦੇ ਸਾਹਮਣੇ ਆਇਆ ਇਹ ਕਮਰ ਹੈ ਚਿਹਰਾ ਇਸ ਦਾ ਦਰਦ ਹੈ ਮੇਰੇ ਇਮਾਮ ਇੱਕੋ ਜੁਮਲਾਖ ਹੈ ਹਕਲ ਮਾਰ ਕੇ ਮੇਰਾ ਇਮਾਮ ਅਦੇ ਜ਼ਾਲਿਮ ਮੈਂ ਤੇਰਾ ਚੰਗਾ ਇਮਾਮ ਨਮ